ਹੈਲੋ ਵੈਲਕਮ ਟੂ ਆਲ ਇਨ ਟੂ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਟਰਮ 2 ਲਈ ਇਹ ਵੀਡੀਓ ਹੈ ਮਾਡਲ ਟੈਸਟ ਪੇਪਰ ਹੈ ਪ੍ਰੀ ਬੋਰਡ 222 ਜਿਹੜੇ ਪ੍ਰੀ ਬੋਰਡ ਐਗਜ਼ਾਮ ਹੋਣ ਜਾ ਰਹੇ ਨੇ ਉਹਨਾਂ ਨਾਲ ਰਿਲੇਟਡ ਹੈ ਸੋ ਵਿਦ ਸੋਲੂਸ਼ਨ ਹੈ ਹੱਲ ਵੀ ਨਾਲ ਆਓ ਆਪਾਂ ਕੁਐਸਚਨ ਪੇਪਰ ਦੇਖੀਏ ਪ੍ਰੀ ਬੋਰਡ 222 ਲਈ ਪ੍ਰਸ਼ਨ ਪੱਤਰ ਤੇ ਨਾਲ-ਨਾਲ ਉਹਦਾ ਉੱਤਰ ਵੀ ਸੋ ਕਿਹੜਾ ਕੁਐਸਚਨ ਪੇਪਰ ਹੈ ਇਹਦਾ ਸੋਲੂਸ਼ਨ ਕਰਨਾ ਇੱਕ ਸਟੂਡੈਂਟ ਨੇ ਮੈਨੂੰ ਭੇਜਿਆ ਤੇ ਉਹਦਾ ਆਪਾਂ ਸਾਲਵ ਵੀ ਕਰਾਂਗੇ ਨਾਲ ਸੋ ਜਮਾਤ 12ਵੀਂ ਪੇਪਰ ਪੋਲਿਟੀਕਲ ਸਾਇੰਸ ਕੋਲੰਕ 40 ਹੈ 3 ਘੰਟੇ ਦਾ ਪੇਪਰ ਹੈ ਇਹਦੇ ਪੇਪਰ ਦੇ ਚਾਰ ਭਾਗ ਹੋਣਗੇ ਭਾਗ ਊੜਾ ਵਿੱਚ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਨਹੀਂ ਚਾਰ ਪ੍ਰਸ਼ਨ ਦੋ-ਦੋ ਅੰਕ ਦੇ ਪ੍ਰਸ਼ਨ ਨੇ ਪਹਿਲਾ ਪ੍ਰਸ਼ਨ ਹੈ ਨੌਕਰਸ਼ਾਈ ਦੇ ਸ਼ਬਦੀ ਅਰਥ ਲਿਖੋ ਬੇਟਾ ਨੌਕਰਸ਼ਾਈ ਜਿਹੜਾ ਫ੍ਰੈਂਚ ਭਾਸ਼ਾ ਦੇ ਸ਼ਬਦ ਬਿਊਰੋ ਤੇ ਯਨਾਨੀ ਭਾਸ਼ਾ ਦੇ ਸ਼ਬਦ ਕ੍ਰੇਸੀ ਤੋਂ ਲਿਆ ਗਿਆ ਜਿਹਦਾ ਅਰਥ ਹੈ ਮੇਜ਼ ਤੇ ਬੈਠ ਕੇ ਕੰਮ ਕਰਨ ਵਾਲਾ ਅਧਿਕਾਰੀ ਵਰਗ ਸੋ ਇਸ ਤਰ੍ਹਾਂ ਇਹਦਾ ਆਨਸਰ ਲਿਖਣਾ ਹੈ ਦੂਜਾ ਹੈ ਰਾਸ਼ਟਰੀ ਏਕੀਕਰਨ ਦੀਆਂ ਵਿਧੀਆਂ ਰਾਸ਼ਟਰੀ ਏਕੀਕਰਨ ਜਿਹੜਾ ਉਹ ਇੱਕ ਵਿਗਿਆਨ ਮਨੋਵਿਗਿਆਨਿਕੇ ਕਟਰਮ ਹੈਗੀ ਹੈ ਰਾਸ਼ਟਰੀ ਏਕੀਕਰਨ ਭਾਵ ਸਾਨੂੰ ਬਿਨਾਂ ਜਾਤ ਧਰਮ ਭਾਸ਼ਾ ਦੇ ਆਧਾਰ ਤੇ ਖੇਤਰ ਦੇ ਆਧਾਰ ਤੇ ਇਹ ਜਿਧੀ ਅਸੀਂ ਸਾਰੇ ਇੱਕ ਦੂਜੇ ਨਾਲ ਸਾਂਝ ਪਾਈਏ ਤੇ ਮਿਲ ਜੁਲ ਕੇ ਰਹੀਏ ਸੋ ਇਹਦੇ ਨਾਲ ਰਾਸ਼ਟਰੀ ਇਕੀਕਰਨ ਕਾਇਮ ਹੁੰਦਾ ਹੈ ਸਾਂਝੀ ਅਸੀਂ ਭਾਸ਼ਾ ਦੀ ਵਰਤੋਂ ਕਰੀਏ ਅਸੀਂ ਇੱਕ ਦੂਜੇ ਦੇ ਨਾਲ ਪ੍ਰੇਮ ਭਾਵਨਾ ਰਹੀਏ ਭਰਾਤਰੀ ਭਾਵਨਾ ਰਹੀਏ ਇਹੋ ਹੀ ਰਾਸ਼ਟਰੀ ਇਕੀਕਰਨ ਹੈ ਨੈਕਸਟ ਕੁਐਸਚਨ ਹੈਗਾ ਜੀ ਤੀਜਾ ਦਲ ਪ੍ਰਣਾਲੀ ਦੀਆਂ ਕਿਸਮਾਂ ਬੇਟਾ ਦਲ ਪ੍ਰਣਾਲੀ ਦੀਆਂ ਕਿਸਮਾਂ ਤਿੰਨ ਨੇ ਇੱਕ ਦਲ ਪ੍ਰਣਾਲੀ ਦੋ ਦਲ ਪ੍ਰਣਾਲੀ ਬਹੁ ਦਲ ਪ੍ਰਣਾਲੀ ਇੱਕ ਦਲ ਪ੍ਰਣਾਲੀ ਚਾਈਨਾ ਚ ਹੈ ਦੋ ਦਲ ਪ੍ਰਣਾਲੀ ਅਮਰੀਕਾ ਤੇ ਇੰਗਲੈਂਡ ਚ ਬਹੁ ਦਲ ਪ੍ਰਣਾਲੀ ਭਾਰਤ ਪਾਕਿਸਤਾਨ ਵਰਗੇ ਦੇਸ਼ਾਂ ਚ ਅ ਚੌਥਾ ਪ੍ਰਸ਼ਨ ਹੈਗਾ ਤਾਸ਼ਕੰਦ ਸਮਝੌਤਾ ਕਦੋਂ ਤੇ ਕਿਹਨਾਂ ਦੇਸ਼ਾਂ ਵਿਚਕਾਰ ਹੋਇਆ ਤਾਸ਼ਕੰਦ ਸਮਝੌਤਾ 10 ਜਨਵਰੀ 1968 ਚ ਹੋਇਆ 10 ਜਨਵਰੀ 1968 ਵਿਚ ਹੋਇਆ ਭਾਰਤ ਤੇ ਪਾਕਿਸਤਾਨ ਦਰਮਿਆਨ ਇਹ ਸਮਝੌਤਾ ਹੋਇਆ ਸੁਏ ਚਾਰ ਪ੍ਰਸ਼ਨ ਸੀ ਉਸ ਤੋਂ ਬਾਅਦ ਭਾਗ ਐਡ ਆਇਆ ਦੂਜਾ ਭਾਗ ਹੈ ਕੁੱਲ ਚਾਰ ਪ੍ਰਸ਼ਨ ਕਰਨੇ ਆ ਹਰੇਕ ਪ੍ਰਸ਼ਨ ਦੇ ਚਾਰ ਅੰਕ ਨੇ ਐਕਚੁਅਲੀ ਇਹ ਜਿਹੜੇ ਚਾਰ ਪ੍ਰਸ਼ਨ ਨੇ 6 6 ਚਾਰ ਚਾਰ ਨੰਬਰ ਦੇ ਕੁਐਸਚਨ ਨੇ ਕੁੱਲ 6 ਐ 6 ਦੇ ਵਿੱਚੋਂ ਕੋਈ ਚਾਰ ਪ੍ਰਸ਼ਨ ਕਰਨੇ ਹੁੰਦੇ ਆ ਸੋ ਆਪਾਂ ਪ੍ਰਸ਼ਨ ਪਹਿਲਾਂ ਪੜ ਲਈ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਉਤਰਾਂ ਦੀ ਪੀਡੀਐਫ ਦਿਖਾਵਾਂਗੇ ਲੋਬਿੰਗ ਤੋਂ ਕੀ ਭਾਵ ਹੈ ਪਹਿਲਾ ਪ੍ਰਸ਼ਨ ਹੈ ਇਹਦੇ ਵਿੱਚ ਪੰਚਸ਼ੀਲ ਤੋਂ ਦੀਪਾ ਬਰ ਦੂਜਾ ਪ੍ਰਸ਼ਨ ਤੀਜਾ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਬਾਰੇ ਲਿਖੋ ਚੌਥਾ ਹੈਗਾ ਸਾਰਕ ਤੋਂ ਕੀ ਭਾਵ ਹੈ ਇਸ ਦੇ ਮੈਂਬਰਾਂ ਦੇਸ਼ਾਂ ਦੇ ਨਾਮ ਲਿਖੋ ਪੰਜਵਾਂ ਹੈ ਵਿਸ਼ਵੀਕਰਨ ਦੇ ਦੋ ਗੁਣ ਤੇ ਦੋ ਔਗਣ ਲਿਖੋ ਛੇਵਾਂ ਹੈ ਰਾਜਨੀਤਿਕ ਕਾਰਜਪਾਲਿਕਾ ਤੇ ਸਥਾਈ ਕਾਰਜਪਾਲਿਕਾ 'ਚ ਅੰਤਰ ਲਿਖੋ ਆਓ ਇਹਨਾਂ ਦੇ ਆਨਸਰ ਦੀ ਮੈਂ ਇੱਕ ਪੀਡੀਐਫ ਬਣਾਈ ਹੈ ਤੁਹਾਨੂੰ ਦਿਖਾ ਰਿਹਾ ਚਾਰ ਚਾਰ ਨੰਬਰ ਦੇ ਜਿਹੜੇ ਛੋਟੇ ਪ੍ਰਸ਼ਨ ਨੇ ਚਾਰ ਚਾਰ ਨੰਬਰ ਦੇ ਉਹਨਾਂ ਦਾ ਸੋਲੂਸ਼ਨ ਤੁਹਾਨੂੰ ਦੱਸ ਰਿਹਾ ਹਾਂ ਜੀ ਸਭ ਤੋਂ ਪਹਿਲੇ ਇਹ ਲਾਬਿੰਗ ਤੋਂ ਕੀ ਭਾਵ ਹੈ ਬੇਟਾ ਲਾਬਿੰਗ ਦਾ ਅਰਥ ਹੈ ਦਬਾਅ ਸਮੂਹ ਦੇ ਮੈਂਬਰਾਂ ਜਾਂ ਪ੍ਰਤੀਨਿਧੀ ਵਿਧਾਨ ਮੰਡਲ ਦੇ ਮੈਂਬਰਾਂ ਨਾਲ ਨਿੱਜੀ ਸੰਪਰਕ ਸਥਾਪਿਤ ਕਰਕੇ ਉਹਨਾਂ ਨੂੰ ਆਪਣੇ ਵਿਚਾਰਾਂ ਤੋਂ ਪ੍ਰਭਾਵਿਤ ਕਰਦੇ ਹਨ ਸੋ ਉਹ ਉਹਨਾਂ ਤੋਂ ਬਿਨਾਂ ਉਹ ਉਹਨਾਂ ਤੋਂ ਕਾਨੂੰਨ ਉਹਨਾਂ ਕਾਨੂੰਨਾਂ ਨੂੰ ਪਾਸ ਕਰਾਉਣ ਲਈ ਦਬਾਅ ਪਾਉਂਦੇ ਹਨ ਜਿਹੜੇ ਉਹਨਾਂ ਦੇ ਹਿੱਤ ਵਿੱਚ ਹੋਣ ਠੀਕ ਹੈ ਜੀ ਸੋ ਦਬਾਅ ਸਮੂਹ ਦੇ ਮੈਂਬਰ ਜਿਹੜੇ ਨੇ ਇਹ ਲੋਬਿੰਗ ਕਰਦੇ ਨੇ ਪ੍ਰਭਾਵਿਤ ਕਰਦੇ ਨੇ ਠੀਕ ਹੈ ਜੀ ਦੂਜਾ ਕੁਐਸਚਨ ਆਗਾ ਸੀਗਾ ਪੰਚਸ਼ੀਲ ਤੋਂ ਕੀ ਭਾਵ ਹੈ ਪੰਚਸ਼ੀਲ ਭਾਰਤ ਦੀ ਵਿਦੇਸ਼ ਨੀਤੀ ਦਾ ਆਧਾਰ ਹੈ ਇਹ ਪੰਜ ਸਿਧਾਂਤ ਹਨ ਜਿਹੜੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1954 ਵਿੱਚ ਵਿਸ਼ਵ ਦੇ ਸਾਹਮਣੇ ਰੱਖੇ ਸਨ ਇਹ ਸਿਧਾਂਤ ਆ ਰਾਸ਼ਟਰ ਦੁਆਰਾ ਇੱਕ ਦੂਜੇ ਦੇਸ਼ ਦੇ ਪ੍ਰਭੂਸੱਤਾ ਤੇ ਪ੍ਰਦੇਸ਼ਕੰਡਤਾ ਦਾ ਆਦਰ ਕਰਨਾ ਦੂਸਰੇ ਰਾਸ਼ਟਰ ਤੇ ਹਮਲਾ ਨਾ ਕਰਨਾ ਦੂਜੇ ਰਾਸ਼ਟਰਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣਾ ਸਾਰੇ ਰਾਸ਼ਟਰ ਦੀ ਸਮਾਨਤਾ ਤੇ ਉਹਨਾਂ ਵਿੱਚ ਆਪਸੀ ਸਹਿਯੋਗ ਤੇ ਸਾਰੇ ਰਾਸ਼ਟਰਾਂ ਦਾ ਸ਼ਾਂਤਮਈ ਸਹਉਦ ਇਹ ਭਾਰਤ ਨੇ ਚਾਈਨਾ ਨਾਲ ਸਮਝੌਤਾ ਕੀਤਾ ਸੀਗਾ ਉਦੋਂ ਇਹ ਸਿਧਾਂਤ ਜਿਹੜੇ ਨੇ ਪ੍ਰਸਿੱਧ ਹੋਏ ਸੀ ਭਾਰਤ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਬਣਤਰ ਦੱਸੋ ਜੀ ਸੋ ਜਿਹੜਾ ਰਾਸ਼ਟਰੀ ਮਨੁੱਖੀ ਅਧਿਕਾਰ ਹੈ ਆ ਇਸ ਸੰਯੋਗ ਦੀ ਸਥਾਪਨਾ ਦੀ ਸਰਵੋੱਚ ਅਦਾਲਤ ਦੇ ਰਿਟਾਇਰ ਹੋਇਆ ਕੋਈ ਜੱਜ ਕਰੇਗਾ ਸਰਵੋੱਚ ਅਦਾਲਤ ਦਾ ਇੱਕ ਕਾਰਜ ਕਰ ਰਿਹਾ ਜੱਜ ਜਾਂ ਰਿਟਾਇਰ ਹੋਏਗਾ ਕਿਸੇ ਉੱਚ ਅਦਾਲਤ ਦਾ ਕਾਰਜ ਕਰ ਰਿਹਾ ਜਾਂ ਰਿਟਾਇਰ ਹੋਇਆ ਜੱਜ ਹੋਏਗਾ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਵਿਸ਼ੇਸ਼ ਗਿਆਨ ਰੱਖਣ ਵਾਲੇ ਦੋ ਵਿਅਕਤੀ ਹੋਣਗੇ ਉੱਪਰ ਲਿਖੇ ਮੈਂਬਰਾਂ ਤੋਂ ਇਲਾਵਾ ਕੁਝ ਵਿਸ਼ੇਸ਼ ਕਾਰਜਾਂ ਲਈ ਘਟ ਗਿਣਤੀਆਂ ਅਯੋਗ ਔਰਤਾਂ ਲਈ ਰਾਸ਼ਟਰੀ ਯੋਗ ਦੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਲਈ ਰਾਸ਼ਟਰੀ ਅਯੋਗਤਾ ਦੇ ਪ੍ਰਧਾਨ ਦੀ ਵੀ ਕੁਝ ਸਮੇਲੀ ਰਾਸ਼ਟਰੀ ਮਨੁੱਖੀ ਅਧਿਕਾਰ ਦੇ ਮੈਂਬਰਾਂ ਦੇ ਰੂਪ ਵਿੱਚ ਨਿਯੁਕਤੀ ਕੀਤੀ ਜਾ ਸਕਦੀ ਹੈ ਸੋ ਇਹ ਹੈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਕੰਪੋਜੀਸ਼ਨ ਅ ਅਗਲਾ ਪ੍ਰਸ਼ਨ ਹੈਗਾ ਸੀ ਸਾਰਕ ਬਾਰੇ ਬੇਟਾ ਸਾਰਕ ਦਾ ਕੀ ਅਰਥ ਹੈ ਤੇ ਇਹਦਾ ਚਾਰ ਦੇਸ਼ਾਂ ਦੇ ਨਾਲ ਸੁਨੇਹਿਆ ਸਾਰਕ ਦਾ ਅਰਥ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ ਜਾਂ ਫਾਰ ਰੀਜਨਲ ਕੋਆਪਰੇਸ਼ਨ ਜਾਂ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗ ਇਹ ਬੇਟਾ ਦੱਖਣੀ ਏਸ਼ੀਆ ਦੇ 8 ਦੇਸ਼ਾਂ ਦਾ ਖੇਤਰੀ ਸੰਗਠਨ ਹੈ ਇਹ ਦੇਸ਼ ਨੇ ਭਾਰਤ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਭੂਟਾਨ ਮਾਲਦੀਵ ਤੇ ਅਫਗਾਨਿਸਤਾਨ ਅਗਲਾ ਪ੍ਰਸ਼ਨ ਹੈਗਾ ਵਿਸ਼ਵੀਕਰਨ ਹੋਣ ਤੋਂ ਵਿਸ਼ਵੀਕਰਨ ਦੇ ਚਾਰ ਦੋ ਲਾਭ ਤੇ ਦੋ ਹਾਨੀਆਂ ਬੇਟਾ ਚਾਰ ਨੇ ਮੈਂ ਦੋ ਦੋ ਤੁਹਾਨੂੰ ਕਰਾਵਾਂਗਾ ਵਿਸ਼ਵੀਕਰਨ ਦੇ ਦੋ ਲਾਭ ਕਿਹੜੇ ਨੇ ਆਰਥਿਕ ਵਾਧੇ ਦੀ ਦਰ ਵਿੱਚ ਵਾਧਾ ਇਹਦੇ ਨਾਲ ਆਰਥਿਕ ਵਾਧੇ ਦੀ ਦਰ ਵਿੱਚ ਵਾਧਾ ਹੁੰਦਾ ਵਾ ਭਾਰਤ ਦੇ ਆਰਥਿਕ ਵਾਧਾ ਵਿਸ਼ਵੀਕਰਨ ਦੇ ਨਾਲ ਗਲੋਬਲਾਈਜੇਸ਼ਨ ਨਾਲ ਭਾਰਤ ਦੀ ਆਰਥਿਕ ਵਾਧੇ ਦੀ ਦਰ ਦਰਜ ਕੀਤੀ ਗਈ ਹੈ ਆ ਆਰਥਿਕ ਸਿਹਾਰਾ ਤੋਂ ਪਹਿਲਾਂ ਭਾਰਤ ਦੀ ਔਸਤ ਵਾਧਾ ਦਰ 3.5% ਤੋਂ ਘੱਟ ਸੀ ਜੋ ਕਿ ਸੁਧਾਰਾਂ ਤੋਂ ਬਾਅਦ 5.5% ਹੋ ਗਈ ਸੋ ਇਹਦਾ ਮਤਲਬ ਹੈ ਆਰਥਿਕ ਵਾਧਾ ਦਰ ਵਿੱਚ ਵਾਧਾ ਹੋਇਆ ਦੂਜੀ ਗੱਲ ਇਹਦੀ ਇਹ ਹੈ ਕਿ ਵਿਦੇਸ਼ੀ ਮੁਦਰਾ ਦੇ ਭੰਡਾਰ ਵਿੱਚ ਵਾਧਾ ਵਿਸ਼ਵੀਕਰਨ ਦੀ ਪ੍ਰਕਿਰਿਆ ਦੇ ਅੰਤਰਗਤ ਭਾਰਤ ਦੇ ਨਿਰਯਾਤ ਵਿੱਚ ਵਾਧਾ ਹੋਇਆ ਤੇ ਵਿਦੇਸ਼ੀ ਪੂੰਜੀ ਨਿਵੇਸ਼ ਵਧਿਆ ਵਿਦੇਸ਼ੀ ਪੂੰਜੀ ਨਿਵੇਸ਼ ਬੇਟਾ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਕਹਿੰਦੇ ਆ ਇਹਦੇ ਨਤੀਜੇ ਵਜੋਂ ਭਾਰਤ ਦੇ ਵਿਦੇਸ਼ੀ ਪੂੰਜੀ ਜਿਹੜੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ 1991 ਵਿੱਚ ਭਾਰਤ ਕੋਲ ਵਿਦੇਸ਼ੀ ਮੁਦਰਾ ਦਾ ਭੰਡਾਰ ਸਿਰਫ 1 ਬਿਲੀਅਨ ਅਮਰੀਕੀ ਡਾਲਰ ਸੀ ਜਿਹੜਾ April 2020 ਚ 475 ਅਮਰੀਕੀ ਡਾਲਰ ਹੋ ਗਿਆ ਇਹ ਦੋ ਲਾਭ ਨੇ ਹੁਣ ਆਪਾਂ ਇਹਦੇ ਦੋ ਹਾਨੀਆਂ ਗੱਲ ਕਰਾਂਗੇ ਵਿਸ਼ਵੀਕਰਨ ਦੀਆਂ ਸਰੂਪ ਵਿੱਚੋਂ ਵਜੋਂ ਸਮਰਾਜਵਾਦੀ ਵਿਸ਼ਵੀਕਰਨ ਸਰੂਪ ਵਜੋਂ ਸਮਰਾਜਵਾਦੀ ਹੈ ਇਸ ਦੇ ਆਧਾਰ ਤੇ ਪੂੰਜੀਪਤੀ ਵਿਕਸਤ ਦੇਸ਼ ਭਾਰਤ ਵਰਗੇ ਵਿਕਾਸਸ਼ੀਲ ਜਾਂ ਪਛੜੇ ਹੋਏ ਆਰਥਿਕ ਸ਼ੋਸ਼ਣ ਦੇਸ਼ਾਂ ਦਾ ਆਰਥਿਕ ਸ਼ੋਸ਼ਣ ਕਰਦੇ ਨੇ ਯਾਨੀ ਵੱਡੇ ਦੇਸ਼ ਅਮੀਰ ਦੇਸ਼ ਗਰੀਬ ਦੇਸ਼ਾਂ ਦਾ ਆਰਥਿਕ ਸ਼ੋਸ਼ਣ ਕਰਦੇ ਨੇ ਇਹਦੇ ਨਾਲ ਤੇ ਵਿਸ਼ਵੀਕਰਨ ਪੂੰਜੀਵਾਦੀ ਸਮਰਾਜਵਾਦਾ ਤੇ ਇਸ ਦੇ ਭਾਰਤ ਵਰਗੇ ਦੇਸ਼ਾਂ ਨੂੰ ਨੁਕਸਾਨ ਹੀ ਹੋਏ ਨੇ ਜ਼ਿਆਦਾ ਦੂਜਾ ਵਾ ਇਹ ਜੀ ਜੇਕਰ ਆਪਾਂ ਸੈਕੰਡਰੀ ਦੀ ਗੱਲ ਕਰੀਏ ਦੂਜਾ ਨੁਕਸਾਨ ਇਹਦਾ ਇਹ ਹੈ ਵੀ ਬੇਰੋਜ਼ਗਾਰੀ ਚ ਵਾਧਾ ਹੁੰਦਾ ਵਿਸ਼ਵੀਕਰਨ ਦੇ ਫਲਸਫੇ ਰੂਪ ਭਾਰਤੀ ਉਦਯੋਗ ਵਿੱਚ ਪੂੰਜੀ ਪ੍ਰਧਾਨ ਤਕਨੀਕਾਂ ਦਾ ਪ੍ਰਯੋਗ ਕੀਤਾ ਗਿਆ ਇਸ ਦੇ ਨਾਲ ਦੇਸ਼ ਵਿੱਚ ਬੇਰੋਜ਼ਗਾਰੀ ਚ ਵਾਧਾ ਹੋਇਆ ਤੇ ਇਹਦੇ ਕਾਰਨ ਭਾਰਤ ਵਿੱਚ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਦੀ ਗਿਣਤੀ ਜਿਹੜੀ ਜੌਬਲੈਸ ਗ੍ਰੋਥ ਦੀ ਸਮੱਸਿਆ ਪੈਦਾ ਹੋ ਗਈ ਹੈ ਇੰਨਾ ਹੀ ਨਹੀਂ ਜਿਹੜੇ ਲੋਕ ਜਿਹੜੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਨੂੰ ਮਿਹਨਤਾਨਾ ਨਹੀਂ ਪੂਰਾ ਮਿਲਿਆ ਠੀਕ ਹੈ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਘਟਨੇ ਸੋ ਮਿਹਨਤਾਨਾ ਸੰਤੋਖਜਨਕ ਨਹੀਂ ਹੈ ਇਹ ਦੋ ਨੁਕਸਾਨ ਤੇ ਦੋ ਲਾਭ ਦੱਸੇ ਗਏ ਨੇ ਨੈਕਸਟ ਹੈਗਾ ਜੀ ਰਾਜਨੀਤਿਕ ਕਾਰਜਪਾਲਿਕਾ ਤੇ ਸਥਾਈ ਕਾਰਜਪਾਲਿਕਾ ਚੰਤਰ ਰਾਜਨੀਤਿਕ ਕਾਰਜਪਾਲਿਕਾ ਜਿਹੜਾ ਵਾ ਇਹ ਪ੍ਰਤੱਖ ਜਾਂ ਅਪਰਤੱਖ ਰੂਪ ਚ ਰਾਜਨੀਤਿਕ ਆਧਾਰ ਤੇ ਗਠਿਤ ਕੀਤਾ ਜਾਂਦਾ ਤੇ ਸਥਾਈ ਕਾਰਜਪਾਲਿਕਾ ਦੇ ਮੈਂਬਰ ਯੋਗਤਾ ਤੇ ਅਨੁਭਵ ਦੇ ਆਧਾਰ ਤੇ ਸਥਾਈ ਤੌਰ ਤੇ ਨਿਯੁਕਤ ਕੀਤੇ ਜਾਂਦੇ ਨੇ ਪਹਿਲਾ ਅੰਤਰ ਇਹ ਹੈ ਦੂਜਾ ਅੰਤਰਾ ਰਾਜਨੀਤਿਕ ਕਾਰਜਪਾਲਿਕਾ ਦੇ ਮੈਂਬਰ ਸਰਵਜਨਕ ਨੀਤੀਆਂ ਨਿਰਧਾਰਤ ਕਰਦੇ ਨੇ ਸਥਾਈ ਕਾਰਜਪਾਲਿਕਾ ਦੇ ਮੈਂਬਰ ਉਹਨਾਂ ਨੀਤੀਆਂ ਨੂੰ ਇਮਾਨਦਾਰੀ ਤੇ ਕੁਸ਼ਲਤਾਪੂਰਵਕ ਨਾਲ ਲਾਗੂ ਕਰਦੇ ਆ। ਤੀਜਾ ਜੀ ਰਾਜਨੀਤਿਕ ਕਾਰਜਪਾਲਿਕਾ ਦਾ ਰਾਜਨੀਤਿਕ ਦਲਾਂ ਨਾਲ ਡੂੰਘਾ ਸੰਬੰਧ ਹੈ। ਸਥਾਈ ਕਾਰਜਪਾਲਿਕਾ ਦੇ ਮੈਂਬਰਾਂ ਨੂੰ ਰਾਜਨੀਤਿਕ ਦਲਾਂ ਦੇ ਨਾਲ ਪ੍ਰਤੱਖ ਸੰਬੰਧ ਨਹੀਂ ਹੁੰਦਾ ਤੇ ਉਹ ਰਾਜਨੀਤਿਕ ਦ੍ਰਿਸ਼ਟੀ ਤੋਂ ਨਿਰਪੱਖ ਹੁੰਦੇ ਹੋਏ ਆਪਣੇ ਕਾਰਜਾਂ ਨੂੰ ਪੂਰਾ ਕਰਦੇ ਨੇ। ਇਹ ਤਿੰਨ ਕਾਫੀ ਨੇ ਇਹਦੇ ਅੰਤਰ ਜਿਹੜੇ ਸੀ ਉਹ ਤਿੰਨ ਬਹੁਤ ਨੇ ਸੋ ਪਿਆਰੇ ਵਿਦਿਆਰਥੀ ਇਹ 4-4 ਨੰਬਰ ਦੇ ਕੁਐਸਚਨ ਸੀ ਜਿਹੜੇ ਤੁਹਾਨੂੰ ਇਸ ਜਿਹੜਾ ਵਾ ਮਾਡਲ ਟੈਸਟ ਪੇਪਰ ਜਿਹੜਾ ਵਾ ਪ੍ਰੀ ਬੋਰਡ ਵਾਸਤੇ ਉਹਦੇ ਵਿੱਚ ਦੱਸੇ ਸੀ ਬਾਕੀ ਕੁਐਸਚਨ ਜਿਹੜਾ ਕੰਪਰੀਹੈਂਸ਼ਨ ਦਾ ਆਪਾਂ ਦੇਖ ਲੈਨੇ ਆ ਪੈਰਾਗ੍ਰਾਫ ਟਾਈਪ ਕੁਐਸਚਨ ਹੈ ਪੈਰਾ ਹੈ ਜਿਹੜਾ ਨੈਕਸਟ ਕੁਐਸਚਨ ਹੈਗਾ ਭਾਗ ਈ ਡੀ ਚ ਲੋਕਾਂ ਦੇ ਵਿਚਾਰਾਂ ਦਾ ਸਮੂਹ ਨੂੰ ਲੋਕਮਤ ਕਿਹਾ ਜਾਂਦਾ ਭਾਗ ਲੋਕਮਤ ਤੁਹਾਡੀ ਦੁਬਾਰਾ ਦੇਖੀਏ ਨੋ ਲੋਕਾਂ ਦੇ ਵਿਚਾਰਾਂ ਦੇ ਸਮੂਹ ਨੂੰ ਲੋਕਮਤ ਕਿਹਾ ਜਾਂਦਾ ਹੈ ਲੋਕਮਤ ਜ਼ਰੂਰੀ ਨਹੀਂ ਜ਼ਰੂਰੀ ਹੀ ਜਨਮਤ ਸਰੂਪ ਦਾ ਹੋਣਾ ਚਾਹੀਦਾ ਲੋਕਾਂ ਦਾ ਉਦੇਸ਼ ਜਨਤਕ ਕਲਿਆਣ ਹੁੰਦਾ ਹੈ ਲੋਕਮਤ ਦਾ ਉਦੇਸ਼ ਜਨਤਕ ਕਲਿਆਣ ਉਹਦਾ ਅਜਿਹਾ ਮਤ ਹੀ ਲੋਕਮਤ ਹੁੰਦਾ ਹੈ ਜਿਸ ਨੂੰ ਘੱਟ ਗਿਣਤੀ ਲੋਕਾਂ ਵੱਲੋਂ ਵੀ ਸਵਕਾਰਿਆ ਜਾਂਦਾ ਹੈ ਸਵਸਥ ਲੋਕਮਤ ਦੇ ਨਿਰਮਾਣ ਲਈ ਲੋਕਤੰਤਰੀ ਪ੍ਰਣਾਲੀ ਨੂੰ ਜ਼ਿਆਦਾ ਜ਼ਰੂਰੀ ਸ਼ਰਤ ਮੰਨਿਆ ਜਾਂਦਾ ਹੈ ਲੋਕਮਤ ਪਰਵਰਤਨਸ਼ੀਲ ਵੀ ਹੁੰਦਾ ਹੈ ਜਿਸ ਕਰਕੇ ਲੋਕਮਤ ਨੂੰ ਆਪਣੇ ਪੱਖ ਵਿੱਚ ਕਰਨ ਲਈ ਸਰਕਾਰ ਆਪਣੀਆਂ ਨੀਤੀਆਂ ਤੇ ਕਾਰਜਕ੍ਰਮ ਵਿੱਚ ਪਰਵਰਤਨ ਕਰਦੀ ਹੈ। ਜਨਤਕ ਸੁਭਾਵਾਂ, ਰਾਜਨੀਤਿਕ ਦਲ, ਪ੍ਰੈਸ ਦੇ ਸਾਧਨ, ਵਿਦਿਅਕ ਅਤੇ ਧਾਰਮਿਕ ਸੁਧਾਵਾਂ ਆਦ ਲੋਕਮਤ ਦੇ ਪ੍ਰਗਟਾਵੇ ਦੇ ਸਾਧਨ ਨੇ। ਸੋ ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਉਹ ਆਪਾਂ ਦੇਖਾਂਗੇ 4 ਕੁਐਸਚਨ ਨੇ। ਲੋਕਾਂ ਦੇ ਵਿਚਾਰਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ? ਉੱਤਰ ਹੈ ਲੋਕਮਤ। ਦੂਜਾ ਪ੍ਰਸ਼ਨ ਹੈਗਾ ਲੋਕਮਤ ਦਾ ਉਦੇਸ਼ ਜਨਤਕ ਕਲਿਆਣ ਹੁੰਦਾ ਹੈ ਸਹੀ ਹੈ ਜਾਂ ਗਲਤ? ਇਹ ਸਹੀ ਹੈ। ਤੀਜਾ ਸਵਸ ਲੋਕਮੱਧ ਦੇ ਨਿਰਮਾਣ ਲਈ ਕਿਹੜੀ ਸ਼ਾਸਨ ਪ੍ਰਣਾਲੀ ਨੂੰ ਜ਼ਰੂਰੀ ਮੰਨਿਆ ਗਿਆ ਸਵਸ ਲੋਕਮੱਧ ਵਾਸਤੇ ਲੋਕਤੰਤਰ ਪ੍ਰਣਾਲੀ ਨੂੰ ਜ਼ਰੂਰੀ ਮੰਨਿਆ ਗਿਆ ਚੌਥਾ ਪ੍ਰਸ਼ਨ ਹੈਗਾ ਸੀ ਇਹਦੇ ਵਿੱਚ ਲੋਕਮਤ ਡੈਸ਼ ਵੀ ਹੁੰਦਾ ਸੋ ਇੱਥੇ ਆਦਾ ਇਹਦਾ ਆਨਸਰ ਇੱਥੋਂ ਆ ਜਾਏਗਾ ਬਈ ਲੋਕਮਤ ਜਿਹੜਾ ਵੈ ਲੋਕਾਂ ਦੇ ਵਿਚਾਰਾਂ ਨੂੰ ਲੋਕਮਤ ਕਿਹਾ ਜਾਂਦਾ ਵਾ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਵੈ ਲੋਕਮਤ ਜਿਹੜਾ ਵਾ ਜ਼ਰੂਰੀ ਵੀ ਹੈ ਤੇ ਇਹ ਜਿਹੜਾ ਵਾ ਇਹਦੇ ਚ ਪਰਵਰਤਨ ਵੀ ਹੁੰਦਾ ਰਹਿੰਦਾ ਵਾ ਸੋ ਨੈਕਸਟ ਕੁਐਸਚਨ ਹੈਗਾ ਬੇਟਾ ਭਾਗ ਸਸਾ ਜਿਹੜਾ ਇਹਦੇ ਚ ਇੰਟਰਨਲ ਚੁਆਇਸ ਹੁੰਦੀ ਹੈ ਦੋਆਂ ਚੋਂ ਕੋਈ ਇੱਕ ਕਰਨਾ ਹੁੰਦਾ ਜਿਵੇਂ ਨੌਕਰਸ਼ਹੀ ਦੇ ਕਾਰਜਾਂ ਦੀ ਵਿਆਖਿਆ ਕਰੋ ਤੇ ਦਬਾਅ ਸਮੂਹ ਦੇ ਕਮਾਂ ਦੇ ਢੰਗਾਂ ਕੰਮ ਕਰਨ ਦੇ ਢੰਗ ਲਿਖੋ ਇਹਨਾਂ ਦੋਆਂ ਚੋਂ ਤੁਸੀਂ ਇੱਕ ਪ੍ਰਸ਼ਨ ਕਰਨਾ ਹੈ 6 ਨੰਬਰ ਦਾ ਵਾ ਕੁਐਸਚਨ ਇਹਦਾ ਆਨਸਰ 10 ਤੋਂ 15 ਲਾਈਨਾਂ ਚ ਦੇਣਾ ਵਾ ਉਹ ਤੁਸੀਂ ਆਪਣੀਆਂ ਜਿਹੜੀਆਂ ਐਜੂਕੇਰ ਐਪ ਤੋਂ ਆਨਸਰ ਤੁਸੀਂ ਇਹਨਾਂ ਦੇ ਦੇਖ ਕੇ ਜਾਂ ਆਪਣੀਆਂ ਬੁੱਕਸ ਤੋਂ ਦੇਖ ਸਕਦੇ ਹੋ ਅਗਲਾ ਪ੍ਰਸ਼ਨ ਨਾ ਗਾ ਵੱਡਾ ਸੀਰੀਅਲ ਨੰਬਰ ਵਾਲਾ ਦੂਜਾ ਪ੍ਰਸ਼ਨ ਜਿਹੜਾ ਵਾ ਭਾਰਤੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਲਿਖੋ ਜਾਂ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਲਿਖੋ ਸੇ ਬੜੇ ਹੀ ਵਧੀਆ ਪ੍ਰਸ਼ਨ ਨੇ ਚੰਗੇ ਪ੍ਰਸ਼ਨ ਨੇ ਜਿਹੜੇ ਤੁਸੀਂ ਐਜੂਕੇਰ ਐਪ ਤੋਂ ਜਾਂ ਪੁਸਤਕ ਤੋਂ ਦੇਖ ਕੇ ਦਾ ਆਨਸਰ ਦੇਣਾ ਵਾ ਸੋ ਬਹੁਤ ਬਹੁਤ ਧੰਨਵਾਦ ਬੇਟਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਇਹ ਕਨਸੈਪਟ ਗੁਰੂ ਏਕੇ ਨਾਲ ਦੇਖਦੇ ਰਹੋ ਤੇ ਉਹਦੇ ਚ ਲਗਾਤਾਰ ਇਸ ਚੈਨਲ ਮੇਰੇ ਚੈਨਲ ਤੇ ਵੀਡੀਓਜ਼ ਵੇਖੋ ਲਾਈਵ ਕਲਾਸ ਮੈਂ ਰੋਜ਼ਾਲਾ ਸ਼ਾਮ ਨੂੰ ਲਗਾਉਂਦਾ ਵਾਂ ਉਹ ਜ਼ਰੂਰ ਦੇਖੋ ਤੇ ਮੇਰੇ ਚੈਨਲ ਤੇ ਪਲੇਲਿਸਟ ਵਿੱਚ ਜਾ ਕੇ ਤੁਸੀਂ ਪਲੱਸ 2 ਸੈਕੰਡ ਟਰਮ ਨਾਲ ਰਿਲੇਟਡ ਕੁਐਸਚਨ ਆਨਸਰ ਵੀ ਜ਼ਰੂਰ ਦੇਖੋ ਤੇ ਵੀਡੀਓਜ਼ ਵੀ ਦੇਖੋ ਥੈਂਕ ਯੂ ਪਲੇਲਿਸਟ ਜ਼ਰੂਰ ਦੇਖੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ